ਉਹ ਜਣਾ ਹੋਣਾ ਜੀ ਇੱਕ ਬਹੁਤ ਹੀ ਕੋਈ ਫਨਕਾਰ ਕਿਸਮ ਦਾ ਚੋਰ ساری ਜ਼ਿੰਦਗੀ ਚੋਰੀਆਂ ਕਰਨਾ ਰਹਿਣਾ ਲੇਕਿਨ ਕਿਸੇ ਬੰਦੇ ਕੀ ਸ਼ੱਕ ਵੀ ਨਹੀਂ ਹੋਣ ਦੇਣਾ ਉਸਨਾ ਪੁੱਤਰ ਇੱਕ ਜਵਾਨ ਹੋਣਾ ਹੋਣਾ ਜੀ ਤੇ ਉਸਕੀ ਆਖਣਾ ਕਿ ਅੱਜ ਪੁੱਤਰ ਰਾਤੀ ਤਿਆਰ ਹੈ ਤੁਸਾਂ ਦੀ ਜ਼ਿੰਦਗੀ ਨਹੀਂ ਪਹਿਲੀ ਚੋਰੀ ਹੋ ਸੀ ਚੋਰਾਂ ਦਾ ਪੁੱਤਰ ਚੋਰ ਹੀ ਹੋਣਾ ਨਾ ਪੁੱਤਰ ਵੀ ਬੜਾ ਐਕਸਾਈਟਡ ਹੋਈ ਗਿਆchna ਜੀ ਕਿ ਅੱਜ ਰਾਤੀ ਅਸਾਂ ਚੋਰੀ ਕਰਸਾਂ ਰਾਤ ਪੈਣੀ ਜੀ ਤੇ ਦੋਏ ਪਿਓ ਪੁੱਤਰ ਹੀ ਨਿਕਲਨੇ ਤੇ ਅੰਗਸ਼ਨੇ ਹੋਣੇ ਰੋਡ ਉੱਪਰ ਦਾ ਪਿਓ ਉਥੇ ਫੜਕ ਮਾਰਨਾ ਆਖਣਾ ਵੇ ਉਹ ਪਾਰ ਸਾਹਮਣੇ ਪਹਾੜੀ ਪਤਖੇ ਨਾਲ ਜਿਸ ਘਰ ਵਿੱਚ ਲਾਈਟ ਬੰਨੀ ਪੀ ਇਹ ਜੀ ਅੱਬਾ ਤੱਕੀ ਗਿਦਾ ਇਸ ਘਰ ਵਿੱਚ ਮੈਂ ਕੋਈ ਵੀ ਬਾਈਵਾਰੀ ਢਾਕਾ ਮਾਰਿਆ ਤੇ ਪੁੱਤਰ ਅਗਵਾਣਾ ਹੈ ਅੱਬਾ ਕਾ ਫਾਇਦਾ ਇਸਨੇ ਕਹਾ ਅੱਜ ਵੀ ਲਾਈਟ ਬੰਨੀ ਪੀ ਤੇ ਸਾਡੇ ਘਰ ਅਜ ਦਿਨ ਤੱਕ ਦੀਆ ਵੀ ਨਹੀਂ ਚੀ ਸਕਿਆ ਸੋ ਕੋਈ ਲੋਕ ਤੁਸਾਂ ਤੱਕੋ ਆਪਣੇ ਏਦਗੇ ਜੀ ਸਾਰੀ ਜ਼ਿੰਦਗੀ ਉਹ ਲੋਕਾਂ ਨਾਲ ਹੱਕ ਖਾਣੇ ਰਹਿਣੇ ਠੀਕ ਹੈ ਲੇਕਿਨ ਫਿਰ ਵੀ ਕੁਝ ਬਣਾ ਨਹੀਂ ਸਕਨੇ ਆਪਣਾ ਅਗਰ ਬਣੀ ਵੀ ਕਿਛ ਹੈ ਤੇ ਉਹ ਸਕੂਨ ਵਿੱਚ ਨਹੀਂ ਰਹਿਣੀ ਸਾਰੀ ਜ਼ਿੰਦਗੀ ਨਾ ਅਲਕੂ ਅਲਕੂ ਕਰਨੇ ਰਹਿਣੀ ਹੁਣ ਤੱਕ ਹੁਣ ਚੋਰਾਂ ਦੀਆਂ ਦਿਹਾੜੀਆਂ ਵੀ ਕਿਸ ਤਰ੍ਹਾਂ ਹੋਣੀਆਂ ਐ ਹੁਣ ਇੱਕ ਮੰਝ ਖੋਲੀ ਕੀਤੀ ਨੇ ਗਰਮੀ ਨੇ ਵਿੱਚ ਤੇ ਜੇ ਲੈ 3 ਲੱਖ ਰੁਪਏ ਨਹੀਂ ਮੰਝੀ ਜੀ ਆ ਤੇ ਕੁੱਥਾ ਹਿਸਾਬ ਕਛਣਾ ਫਿਰ ਵੀ ਸਾਰੀ ਜ਼ਿੰਦਗੀ ਮੰਨੀਆਂ ਚੋਰੀਆਂ ਕਰਨੇ ਰਹਿਣੇ ਸੋ ਜੀ ਸਾਡੇ ਗ੍ਰਹਿ ਇੱਕ ਬੰਦੇ ਗਾਂ ਰੱਖੀ ਸੀ ਉਹ ਇਤਨੀ ਨਸਲੀ ਗਾਂ ਸੀ ਕਿ ਹਰ ਸਾਲ ਬੱਚਾ ਦੇਣੀ ਸੀ ਉਹ ਜਿਸ ਨੇ ਬੱਚਾ ਤਿਆਰ ਕਰੀ ਰਹਿਣੇ ਸੀ ਨਾ ਤੇ ਕੋਈ ਨਾ ਕੋਈ ਚੋਰ ਖੋਲੀ ਕੀ ਨਹੀਂ ਕਛਣਾ ਸਾ ਉਕਰ 11ਵੀਂ ਵਾਰ ਵਿਚਾਰਾ ਮਜਬੂਰ ਹੋਇਆ ਤੇ ਬੱਚੇ ਨੇ ਇੰਤਜ਼ਾਰ ਨਹੀਂ ਕਰੀ ਸਕਿਆ ਤੇ 11ਵੀਂ ਵਾਰ ਗਾਂ ਹੀ ਖੋਲੀ ਖੜੀ ਸੀ ਕਿਸਾ ਆਇਆ ਕਿ ਇਸ ਆਪਣੀ ਲੱਥਾ ਬਰਾ ਭੂਣ ਕੁਹਾੜੀ ਮਾਰੀ ਹਰ ਸਾਲ ਬੱਚਾ ਤਿਆਰ ਲੱਭੀ ਰਹਿਣਾ ਚਾਹਸਦਾ ਐਦ ਕੀ ਜੜਾ ਨਾ ਗਾਂ ਹੀ ਖੋਲੀ ਖੜੀ ਸੀ ਹੁਣ ਬੱਚਾ ਗੁਰੂਆ ਸੀ ਸੋ ਹੁਣ ਨਾ ਰਹਿ ਸੀ ਬਾਂਸ ਤੇ ਨਾ ਬਜ ਸੀ ਬਾਂਸਰੀ ਤੇ ਦੂਏ ਪਾਸੇ ਜਿੰਨਾ ਲੋਗਾ ਨੀਆਂ ਚੋਰੀਆਂ ਹੋਣੀਆਂ ਤੇ ਬੰਦਾ ਇੱਕ ਲੰਮੇ ਸਤਾਏ ਸੋਜਣਾ ਗਿਆ ਰਾ ਹੁਣ ਤੇ ਮੈਂ ਲੁੱਟਿਆ ਗਿਆ ਬਰਬਾਦ ਹੋਈ ਗਿਆ ਸਾਰੇ ਰਸਤੇ ਬੰਦ ਹੋਈ ਗਏ लेकिन अगर एक रस्ता बंद होना अल्लाह तला उसने से सौ रस्ते ना खोली किन्ने अगर हक लाल नहीं कमाई पाँ तो तो अजकल जी ये मोटरसाइकिल बड़े चोरी होने पे तो बच्ची तो रहा है चोर ना बड़े एक्टिव होए वे आज तो बाकी हो अ चोरिया शोरिया पता ये है सदियाई लगे आइए ठीक है टेंशन नहीं तुम तो किस चीज़ नहीं कि असलाकम